ਦੁਆਰਾ ਲਾਈਵ ਹੋਣਾ ਪੈ ਰਿਹਾ ਪਰ ਮੈਂ ਇੱਕ ਜੋ ਸਾਡੀ ਸੋਸਾਇਟੀ ਨੇ ਅੱਜ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ ਜੋ ਅੱਜ ਤੋਹਫਾ ਦਿੱਤਾ ਹਨਾ, ਬੜੀ ਸ਼ਰਮ ਮਹਿਸੂਸ ਹੋ ਰਹੀ ਹੈ ਮੈਨੂੰ ਅੱਜ ਏਦਾਂ ਦੀ ਸੋਸਾਇਟੀ ਦੇ ਵਿੱਚ। ਰੋਜ਼ ਅਸੀਂ ਤਾਂ ਰੋਜ਼ ਦੇਖਦੇ ਹਾਂ ਪਰ ਤੁਹਾਨੂੰ ਅੱਜ ਲਾਈਵ ਇੱਕ ਦਿਖਾ ਰਹੇ ਕਿ ਇੱਕ ਮਾਂ ਬਣਨ ਵਾਲੀ, ਇੱਕ ਜਿਹੜੀ ਮਾਂ ਬਣਨ ਵਾਲੀ ਹੈ ਅੱਜ ਇਹਦੇ ਕੋਲ ਹੋਸਪਿਟਲ ਦੇ ਵਿੱਚੋਂ ਇਹਨੂੰ ਕੱਢਤਾ। ਹੋਸਪਿਟਲ ਦਾ ਨਾਮ ਨਹੀਂ ਮੈਂ ਫਿਰ ਲੈਣਾ ਕਿਉਂਕਿ ਫਿਰ ਵੀਰ ਕਹਿੰਦੇ ਨੇ ਯਾਰ ਤੇਰੇ ਲੈ ਕੇ ਜਾਓ ਫਟਾਫਟ। ਉਹ ਹੋਸਪਿਟਲ ਚ ਵਿਚਾਰਾ ਜਾਣ ਦੇ ਪਿੱਛੇ ਜਾਣ ਦੇ ਇੰਨੇ ਕੁ ਬੁਰੇ ਹਾਲਾਤ ਆ ਸਾਡੀ ਸੋਸਾਇਟੀ ਦੇ। ਇੱਕ ਪੇਸ਼ੈਂਟ ਨੂੰ ਹੋਸਪਿਟਲ ਦੇ ਵਿੱਚੋਂ ਕੱਢ ਦਿੱਤਾ ਗਿਆ ਕਿ ਉਹਦੇ ਕੋਲ ਪੈਸਾ ਹੈ ਨਹੀਂ। ਉਹ ਬੰਦਾ ਪਰਦੇਸੀ, ਇੱਧਰ ਹੋ ਜਾ, ਉਹ ਪਰਦੇਸੀ ਬੰਦਾ ਮਤਲਬ ਹੁਣ ਮੈਂ ਸਿਚੁਏਸ਼ਨ 'ਤੇ ਕੀ ਤੁਹਾਡੇ ਨਾਲ ਸਾਂਝਾ ਕਰਾਂ। ਇੱਕ ਪਰਦੇਸੀ ਬੰਦਾ ਦੇਖੋ ਵਿਚਾਰਾ ਘਰ ਵਾਲਾ ਉਹਦੇ ਨਾਲ ਬੈਠਾ ਔਰ ਉਹਦੇ ਹਾਲਾਤ ਇਹ ਹੈ ਕਿ ਹੋਸਪਿਟਲ ਵਾਲਿਆਂ ਨੇ ਖੜ੍ਹੇ ਪੈਰ ਉਹਦੇ ਕੋਲ 50-60 ਹਜ਼ਾਰ ਰੁਪਇਆ 1,00,000 ਰੁਪਇਆ ਮੰਗ ਲਿਆ। ਔਰ ਮੈਨੂੰ ਪਤਾ ਨਹੀਂ ਕਿਉਂ ਮਹਿਸੂਸ ਹੋ ਰਿਹਾ ਕਿ ਕੀ ਜ਼ੁਬਾਨ ਦੇ ਨਾਲ ਮੈਂ ਉਹ ਬੁਲਾਵਾਂ, ਉਹਨਾਂ ਨੂੰ ਡਾਕਟਰ ਕਹਾਂ ਕਿ ਜਾਨਵਰ ਕਹਾਂ। ਬਾਈ ਇੱਧਰ ਆ, ਕੀ ਕਹਾਂ ਯਾਰ ਇਹਨਾਂ ਨੂੰ ਕਿ ਬਾਈ ਕੀ ਹੋਇਆ ਹੋਸਪਿਟਲ ਮੈਂ ਗਏ ਥੇ ਤੋ ਕਿਆ ਬੋਲ ਗਏ ਕਹਤੇ ਕਿ ਐਡਮਿਨ ਕਾ ਕਾਰਡ ਬਣਾਓ ਉਸਕਾ 5,000 ਰੁਪਏ ਲਗੇਗਾ ਸਭ ਸੇ ਪਹਿਲੇ ਪਹੁੰਚੇ। ਅੱਛਾ, ਉਸਕੇ ਬਾਅਦ ਮੈਂ ਜੇ ਡਿਲੀਵਰੀ ਹੋਗੀ ਤੋ ਆਪਕੋ ਕਮ ਸੇ ਕਮ 40-50 ਹਜ਼ਾਰ ਰੁਪਏ ਦਿਨ ਕਾ ਪ੍ਰਤੀ ਦਿਨ ਗਏ ਹੋਏ। ਤੋ ਇਹ ਜੋ ਵਾਈਫ ਜੋ ਲੜਕੀ ਆਪਕੀ ਭਾਬੀ ਹੈ? ਹਾਂਜੀ ਭਾਬੀ ਜੀ। ਔਰ ਇਸ ਜੋ ਇਸਕਾ ਹਸਬੰਡ ਹੈ ਉਹ ਕੀ ਕੰਮ ਕਰਦਾ? ਉਹ ਕੁਲਚੇ ਛੋਲੇ ਕੀ ਰੇੜੀ ਲਗਾਤਾ ਹੈ। ਤੋ ਫਿਰ ਹਸਪੀਟਲ ਵਾਲੋਂ ਨੇ ਕਹਾ ਜਾਓ ਅਗਰ ਪੈਸਾ ਆਪ ਕਹੀਂ ਜਾਓ ਇਤਨੇ ਪੈਸੇ ਨਹੀਂ ਤੋ ਆਪਕੇ ਪਾਸ ਹਮਾਰੇ ਪਾਸ ਕੀ ਕੰਮ ਨਹੀਂ। ਭਾਈ ਕੀ ਕੰਮ ਕਰਤੇ ਹੋ ਆਪ? ਕੁਲਚੇ ਛੋਲੇ ਕੀ ਰੇੜੀ ਲਗਾਤੇ ਹੈ। ਇਹ ਪਹਿਲਾ ਬੱਚਾ ਆਪਕਾ? ਪਹਿਲਾ ਹੈ। ਤੋ ਆਪਕੇ ਪਾਸ ਪੈਸੇ ਨਹੀਂ ਤੋ ਆਪ ਹਸਪੀਟਲ ਜਾ ਗਏ? ਕਰਵਾਓ ਆਪ, ਕਰਵਾਓ ਇਲਾਜ ਕਰਵਾਓ। ਇਹ ਹਾਲਾਤ ਨੇ ਸਾਡੀ ਸੋਸਾਇਟੀ ਦੇ। ਇਹਨਾਂ ਦੇ ਬੱਚੇ ਤੇ ਇਹਨਾਂ ਦੀ ਵਾਈਫ ਤੇ ਜੋ ਵੀ ਖਰਚਾ ਹੋਇਆ ਵੀ ਡੂਨਟ ਦੀ NGO ਵੱਲੋਂ ਹੋਏਗਾ। ਮੈਂ ਤੁਹਾਨੂੰ ਅੱਜ ਚਿਹਰਾ ਦਿਖਾਉਣਾ ਚਾਹੁੰਦਾ ਸੀ ਅਸਲ ਦੇ ਵਿੱਚ ਪੰਜਾਬ ਦਾ ਅਸਲ ਚਿਹਰਾ ਹੈ ਕੀ, ਆਪਾਂ ਕਿਹੜੀਆਂ ਗੱਲਾਂ ਪਿੱਛੇ ਜਾਂ ਕਿਹਦੇ ਪਿੱਛੇ ਕੀ ਟੱਪਦੇ ਫਿਰਦੇ ਹਾਂ। ਔਰ ਅਸਲ ਦੇ ਵਿੱਚ ਇੱਕ ਕਹਿੰਦੇ ਨਾ ਕਿ ਆਪਾਂ ਕੰਜਕ ਮੰਨਦੇ ਹਾਂ ਨਾ ਕੁੜੀਆਂ ਨੂੰ, ਭੈਣਾਂ ਨੂੰ ਆਪਾਂ ਕੰਜਕ ਮੰਨਦੇ ਹਾਂ, ਬਹੁਤ ਸੋਸਾਇਟੀ ਦੇ ਵਿੱਚ ਸਾਡੀ ਪੂਜਦੇ ਹਾਂ ਅਸੀਂ, ਆਹ ਕਦਰ ਹੈ। ਹੋਸਪਿਟਲ ਦੇ ਵਿੱਚੋਂ ਕੱਢਤਾ ਉਹਨਾਂ ਨੂੰ ਕਿ ਉਹਨਾਂ ਕੋਲ ਪੈਸੇ ਨਹੀਂ, ਉਹ ਤੜਪ ਰਹੀ ਸੀ ਆਪਣੀ ਐਂਬੂਲੈਂਸ 'ਚ ਬੈਠੀ। ਅਬ ਆਗੇ ਕਿਆ ਕਰਨਾ ਤਾ ਆਪਣੇ ਹੋਸਪਿਟਲ ਵਾਲੋਂ ਤਾਂ ਨਿਕਾਲ ਦਿਆ ਤਾ। ਆਗੇ ਕਿਆ ਕਹਤਾ ਕਿ ਆਪ ਜਹਾਂ ਮਰਜ਼ੀ ਲੈ ਜਾਓ, ਹਮਾਰੇ ਤਾਂ ਇਸ਼ੂ ਰੂਪ ਲੈ ਜਾਓ, DMC CMC ਲੈ ਜਾਓ, ਜਹਾਂ ਮਰਜ਼ੀ ਲੈ ਜਾਓ। ਪੈਸੇ ਨਹੀਂ ਹੈ ਮੇਰੇ, ਪੈਸੇ ਮੇਰੇ ਕੋਲ ਆਪ ਬਾਅਦ ਮੇਂ ਕਹਾਂ ਲੈ ਕੇ ਜਾਏਗੀ। ਕੋਈ ਨਹੀਂ, ਆਪ ਸੜਕ ਤੇ ਰੋਡ ਤੇ ਸੋਏ ਹੋਏ ਤੇ ਸੁਣਾ ਰੱਖੀ ਸੀ। ਵਾਹਿਗੁਰੂ। ਰੋਡ ਤੇ ਬਾਹਰ ਹਸਪਿਟਲ ਕੇ ਬਾਹਰ ਬਿਠਾ ਲਿਆ? ਰੋਡ ਤੇ ਜ਼ਮੀਨ ਤੇ ਚੱਤਰ ਵਿਛਾ ਕੇ ਮਾਫੀ ਸੁਣਾ ਲਈ ਸੀ। ਪਹਿਲਾਂ ਤੁਸੀਂ ਜਾਣਦੇ ਹੋ ਸਾਨੂੰ? ਨਹੀਂ ਕੁਝ ਨਹੀਂ ਜਾਣਦੇ, ਸਾਡੀ ਹਰ ਵੀਡੀਓ ਦੇਖਦੇ ਹਾਂ। ਧੰਨਵਾਦ, ਬਹੁਤ ਧੰਨਵਾਦ। ਇੱਕ ਅੱਜ ਭੈਣ ਆਈ ਆ, ਉਹਦੇ ਬੇਬੀ ਹੋਣ ਵਾਲਾ 9ਵਾਂ ਮਹੀਨਾ, ਤੇ ਹੋਸਪਿਟਲ ਦੇ ਵਿੱਚ ਉਹਨੂੰ ਲੈ ਕੇ ਗਏ। ਹੋਸਪਿਟਲ ਵਾਲਿਆਂ ਨੇ ਕੱਢਤਾ, ਕਹਿੰਦੇ ਤੁਹਾਡੇ ਕੋਲ ਪੈਸੇ ਹੈ ਨਹੀਂ, ਤੁਸੀਂ ਜਾਓ। ਇਹ ਬੰਦਾ ਰੋਡ 'ਤੇ ਲਟਾ ਕੇ ਆਪਣੀ ਭਾਬੀ ਨੂੰ, ਉਹ ਬੰਦਾ ਆਪਣੀ ਵਾਈਫ ਨੂੰ ਰੋਡ 'ਤੇ ਬੈਠਾ ਉਡੀਕ ਕਰ ਰਿਹਾ ਸੀ ਕਿ ਉਹਨੇ ਤਾਂ ਅੱਗੇ ਕੀ ਬਣੂਗਾ। ਅੱਜ ਭਗਤ ਸਿੰਘ ਦਾ ਜਨਮ ਦਿਨ ਆ, ਪਤਾ ਤੁਹਾਨੂੰ? ਪਹਿਲੇ ਦੋ ਦੇਖੋ ਅਸੀਂ ਕੀ ਰਿਟਰਨ ਦੇ ਵਿੱਚ ਦੇ ਰਹੇ ਹਾਂ। ਵਾਹਿਗੁਰੂ। ਭਗਤ ਸਿੰਘ ਦੇ ਚਲਾਏ ਹੋਏ ਰਸਤੇ 'ਤੇ 1% ਚੱਲ ਪਓ, ਬਹੁਤ ਵੱਡੀ ਗੱਲ ਹੋਏਗੀ। ਇੱਦਾਂ ਦੇ ਪਤਾ ਨਹੀਂ ਕਿੰਨੇ ਕੁ ਪੇਸ਼ੈਂਟ ਰੋਜ਼ ਪੰਜਾਬ ਦੇ ਵਿੱਚ ਕਿਹੜੇ ਹਾਲਾਤਾਂ ਦੇ ਵਿੱਚ ਚੱਲ ਜਾਂਦੇ, ਬਹੁਤ ਬੁਰਾ ਹਾਲ। ਇਹ ਦਰਦ ਰੋਜ਼ ਦੇਖਦੇ ਹਾਂ ਅਸੀਂ, ਕਿੰਨੇ 100 ਪੇਸ਼ੈਂਟ ਰੋਜ਼ ਹੋਸਪਿਟਲ ਦੇ ਵਿੱਚ ਇਲਾਜ ਲੈਣ ਲਈ ਆਉਂਦੇ ਨੇ ਔਰ ਅਸੀਂ ਬੇਬਸ ਹੋ ਜਾਂਦੇ ਕਈ ਜਗ੍ਹਾ 'ਤੇ ਕਿ ਇੰਨਾ ਪੈਸਾ ਦੇਣ ਵਾਲੇ ਕਿੱਥੋਂ ਲਿਆਈ। ਬਾਕੀ ਇਸ ਭੈਣ ਦਾ ਖਰਚਾ ਜੋ ਵੀ ਹੋਇਆ ਹੋਸਪਿਟਲ 'ਚ ਉਹਨੂੰ ਅੰਦਰ ਲੈ ਗਏ ਆ, ਅਤੇ ਜੋ ਵੀ ਉਹਦਾ ਖਰਚਾ ਹੋਇਆ ਉਸ ਭੈਣ ਦਾ ਜ਼ਰੂਰ ਇਸ NGO ਦੇ ਟੀਮ ਮੈਂਬਰਾਂ ਵੱਲੋਂ ਹੋਏਗਾ। ਬਾਕੀ ਇਹ ਵੀਰ ਦਾ ਬਹੁਤ ਧੰਨਵਾਦ। ਅੱਜ ਭਗਤ ਸਿੰਘ ਜੀ ਦਾ ਜਨਮ ਦਿਨ ਹੈ, ਪਤਾ ਆਪਕੋ ਕਿ ਨਹੀਂ? ਜੀ ਜੀ ਪਤਾ। ਉਹਨੇ ਭੇਜਾ ਹੈ ਕਿ ਉਨਕੇ ਹਮ ਪੈਰੋਂ ਕੀ ਮਿੱਟੀ ਕੇ ਬਰਾਬਰ ਵੀ ਨਹੀਂ, ਉਨਕੇ ਚਲਾਏ ਹੋਏ ਰਸਤੇ ਪੇ ਚੱਲਣੇ ਕੀ ਕੋਸ਼ਿਸ਼ ਕਰ ਰਹੇ ਹੈ ਕਿ ਜੋ ਵੋ ਦੇਸ਼ ਕੇ ਲਈ ਕਰਕੇ ਗਏ ਹੈ ਸ਼ਾਇਦ ਹਮ ਉਨਕਾ 0.1% ਵੀ ਕਰ ਲੇ। ਤੋ ਆਪਕੀ ਭਾਬੀ ਪੇ ਜੋ ਵੀ ਖਰਚਾ ਆਇਆ ਪੈਸੋ ਕੀ ਟੈਨਸ਼ਨ ਨਹੀਂ ਲੈਣੀ, ਬੱਚਾ ਠੀਕ ਹੋਣੇ ਤੱਕ ਔਰ ਇਨਕੇ ਤੱਕ ਜੋ ਵੀ ਖਰਚਾ ਆਇਆ, ਇੱਕ ਸੰਸਥਾ ਹੈ ਵੀ ਡੋ ਨੋਟ ਅਸੈਪਟ ਮਨੀ ਔਰ ਥਿੰਗਸ, ਉਹ ਸੰਸਥਾ ਸਾਰਾ ਖਰਚਾ ਕਰੇ। ਧੰਨਵਾਦ ਆਪ ਸਭ ਲੋਕਾਂ ਦਾ। ਆਪ ਅਰਦਾਸ ਕਰੋ ਭਗਵਾਨ ਕੋ ਕਿ ਜੋ ਜੇ ਪੈਸੇ ਦੇਣ ਵਾਲੇ ਲੋਕ ਹੈ ਇਨਕੋ ਭਗਵਾਨ ਬਹੁਤ ਦੇ। ਪਿੰਡ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਇਸ ਪੈਣ ਲਈ ਅੱਜ ਜਿਹੜੀ ਜਿਹਦੇ ਬੱਚਾ ਹੋਣ ਵਾਲਾ ਇਹਦੇ ਲਈ ਅਰਦਾਸ ਕਰੀਏ ਕਿ ਇਹ ਠੀਕ ਹੋ ਜਾਵੇ ਅਤੇ ਇੱਦਾਂ ਦਾ ਸਾਡੇ ਪੰਜਾਬ ਦੇ ਹਾਲਾਤ ਸੁਧਰ ਜਾਣ। ਮੈਂ ਹੋਸਪਿਟਲਾਂ ਦਾ ਨਾਮ ਲੈਣਾ ਨਹੀਂ ਚਾਹੁੰਦਾ ਜਿਹੜੇ ਇਹ ਕੰਮ ਕਰਦੇ ਨੇ। ਕਿਆ ਬਾਤ ਹੈ, ਭਰਾ ਭੈਣਾਂ ਦੇ ਸਿਰ ਤੁਹਾਡੇ ਆ ਕਰਦਾ। ਇਹ ਭੈਣਾਂ ਨੇ ਭਗਤ ਸਿੰਘ ਦੀਆਂ ਜਿਹਨੇ, ਅਸੀਂ ਬਣ ਤਾਂ ਨਹੀਂ ਸਕਦੇ ਭਗਤ ਸਿੰਘ ਵਰਗੇ ਪਰ ਉਹਦੇ ਚਲਾਏ ਹੋਏ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਜ਼ਰੂਰ ਕਰ ਰਹੇ।
ਦਿਲ ਤਾਂ ਬੜਾ ਕਰਦਾ ਕਿ ਮੈਂ ਹੋਸਪਿਟਲ ਦਾ ਨਾਮ ਲੈ ਦਾਂ, ਪਰ ਸੋਲੂਸ਼ਨ ਨਹੀਂ ਕੋਈ ਹੋਣਾ ਨਾਮ ਲੈ ਕੇ, ਉਲਟਾ ਮੇਰੇ 'ਤੇ ਪਰਚਾ ਹੋ ਜਾਣਾ। ਡਰ ਪਰਚੇ ਦਾ ਨਹੀਂ ਹੈ, ਪਰਚਾ ਇੱਕ ਛੱਡ ਕੇ 100 ਹੋ ਜਾਣ। ਡਰ ਇਸ ਗੱਲ ਦਾ ਕਿ ਪਰਚਾ ਹੋਣ ਤੋਂ ਬਾਵਜੂਦ ਬਾਅਦ ਜਦੋਂ ਅਸੀਂ ਅੰਦਰ ਚਲ ਜਾਵਾਂਗੇ ਜੇਲ੍ਹ 'ਚ, ਇਹਨਾਂ ਮਰੀਜ਼ਾਂ ਨੂੰ ਕੌਣ ਸਾਂਭੂਗਾ, ਇਸ ਐਨ ਜੀ ਓ ਦੀ ਜ਼ਿੰਮੇਵਾਰੀ ਕੌਣ ਚੱਕੂਗਾ। ਇਸ ਕਰਕੇ ਚੁੱਪ ਹਾਂ, ਕਿਉਂਕਿ ਅੱਜ ਤੱਕ ਜਿੰਨੇ ਵੀਰ ਹੋਸਪਿਟਲਾਂ ਦੇ ਖਿਲਾਫ ਬੋਲੇ ਨੇ, ਐਂਡ 'ਚ ਉਹਨਾਂ 'ਤੇ ਪਰਚੇ ਹੀ ਹੋਏ ਨੇ, ਔਰ ਉਹਨਾਂ ਨੂੰ ਦੇਖ ਕੇ ਲੱਗਦਾ ਕਿ ਵੀਰੇ ਤੇਰਾ ਵੀ ਇਹੀ ਹਾਲ ਹੋਣਾ। ਕਰਪਟਡ ਸਿਸਟਮ ਸਾਰਾ। ਬੇਨਤੀ ਕਰਾਂਗਾ ਕਿ ਜ਼ਰੂਰ ਆਪਾਂ ਇਸ ਚੀਜ਼ 'ਤੇ ਫੋਕਸ ਕਰਕੇ, ਜ਼ਰੂਰ ਜਿਹੜੇ ਇੱਦਾਂ ਦੇ ਜ਼ਰੂਰਤਮੰਦ ਪਰਿਵਾਰ, ਬਹੁਤ ਬੁਰਾ ਹਾਲਾਤ ਦੀਦੀ। ਅੱਜ ਇੱਕ ਪੇਸ਼ੈਂਟ ਆਇਆ ਸੀਗਾ ਹੋਸਪਿਟਲ 'ਚ ਹੈਲਪ ਲੈਣ, 1.5 ਸਾਲ ਹੋ ਗਏ ਆਪਣੇ ਬੱਚੇ ਦਾ ਇਲਾਜ ਨਹੀਂ ਕਰਾ ਪਾ ਰਹੀ, ਇੱਕ ਮਾਂ ਆਈ 300 ਰੁਪਏ ਦਵਾਈ ਜੋਗੇ ਪੈਸੇ ਨਹੀਂ, ਕਦੋਂ ਆਪਾਂ ਦੇਖਾਂਗੇ ਯਾਰ। ਹੈਪੀ ਬਰਥਡੇ। ਬਹੁਤ ਬੁਰਾ ਹਾਲ ਹੈ ਭੈਣੇ, ਤੁਸੀਂ ਦੇਖੋ ਇੱਕ ਮਰੀਜ਼, ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿ ਇੱਕ ਮਰੀਜ਼ ਹੋਸਪਿਟਲ ਦੇ ਅੰਦਰ ਲੈ ਕੇ ਜਾ ਰਿਹਾ, ਉਹਦੇ ਕੋਲ ਪੈਸੇ ਮੰਗ ਰਿਹਾ, ਕੋਲ ਪੈਸੇ ਹੈ ਨਹੀਂ, ਉਹ ਜ਼ਮੀਨ 'ਤੇ ਰੋਡ 'ਤੇ ਬਹਿ ਕੇ ਬਾਹਰ ਤੜਪ ਰਿਹਾ, ਉਹ ਯਾਰ ਅਸੀਂ ਜਨਮ ਦਿਨ ਮਨਾ ਰਹੇ ਹਾਂ ਯਾਰ ਅੱਜ ਭਗਤ ਸਿੰਘ ਦਾ ਯਾਰ, ਉੱਤੋਂ ਦੇਖ ਕੇ ਕੀ ਸੋਚੂਗਾ ਕਿ ਇਹ ਰੋਡ 'ਤੇ ਉਹਦੀ ਭੈਣ ਵਿਚਾਰੀ ਤੜਪ ਰਹੀ ਹੈ ਪੈਸਿਆਂ ਕਰਕੇ। ਤਾਂ ਉਹ ਐਂਬੂਲੈਂਸ ਵਾਲਾ ਪੱਪੂ ਵੀਰ ਜੀ ਨੇ ਸਾਨੂੰ ਫੋਨ ਕਰਤਾ ਕਿ ਵੀਰੇ ਯਾਰ ਹੋਸਪਿਟਲ ਦੇ ਬਾਹਰ ਬੈਠੇ, ਇਹਨਾਂ ਦਾ ਕੋਈ ਹੱਲ ਕਰਾ ਦੇ। ਪੱਪੂ ਜੀ ਕੀ ਹੋਇਆ ਸੀ ਹੋਸਪਿਟਲ ਦਾ ਨਾਮ ਨਾਲ ਲਈ, ਕੀ ਹੋਇਆ ਸੀ ਇਹਨਾਂ ਨਾਲ? ਕੀ ਫਾਇਦਾ ਯਾਰ ਸਾਨੂੰ ਜਨਮ ਦਿਨ ਮਨਾਉਣ ਦਾ ਯਾਰ, ਜੇ ਅਸੀਂ ਆਹੀ ਤੋਹਫਾ ਦੇਣਾ। ਮੈਂ ਅੱਜ ਵੀਡੀਓ ਉਹਨਾਂ ਵਾਸਤੇ ਬਣਾਈ ਹੈ ਜਿਹੜੇ ਅਸਲ ਦੇ ਵਿੱਚ ਭਗਤ ਸਿੰਘ ਦੇ ਫੈਨ ਨੇ ਨਾ, ਅਸਲ ਦੇ ਵਿੱਚ 1% ਆਪਾਂ ਭਗਤ ਸਿੰਘ ਦੀ ਕਾਪੀ ਕਰ ਲਈਏ ਤਾਂ 1% ਸ਼ਾਇਦ ਭਗਤ ਸਿੰਘ ਸਾਡਾ ਖੁਸ਼ ਹੋ ਜਾਊਗਾ। ਸਿਸਟਮ ਦੇ ਖਿਲਾਫ਼ ਤਾਂ ਨਹੀਂ ਅਸੀਂ ਲੜ ਪਾਵਾਂਗੇ, ਪਰ ਜਿਹੜੇ ਮਰੀਜ਼ ਰੋਜ਼ ਇਲਾਜ ਲਈ ਆਪਣੇ ਤੜਪ ਰਹੇ ਨੇ ਹੋਸਪਿਟਲਾਂ ਦੇ ਵਿੱਚ, ਉਹਨਾਂ ਨਾਲ ਜ਼ਰੂਰ ਜੁੜੋ, ਇਸ ਐਨ ਜੀ ਓ ਨਾਲ ਜੁੜੋ, ਜਾਂ ਜਿੱਦਾਂ ਵੀ ਜੁੜੋ ਇਸ ਐਨ ਜੀ ਓ ਨਾਲ ਜੁੜੋ ਕਿ ਜੇ ਕਿਸੇ ਦੀ ਭਲਾ ਕਰ ਸਕਦਾ ਜ਼ਰੂਰ ਕਰੋ। ਬਾਕੀ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ, ਤੋਹਫ਼ਾ ਬਹੁਤ ਵਧੀਆ ਦਿੱਤਾ ਸੀ ਵਾਪਸ ਭਗਤ ਸਿੰਘ ਨੂੰ। ਅਸਲ ਦੇ ਵਿੱਚ ਜੋ ਤੋਹਫ਼ਾ ਬਣਦਾ ਖੁਸ਼ਹਾਲ ਪੰਜਾਬ ਦਾ, ਉਹ ਨਹੀਂ ਅਸੀਂ ਦੇ ਪਾ ਰਹੇ। ਮੈਂ ਗਲਤੀਆਂ ਕੱਢਣ ਵਾਸਤੇ ਕਿਸੇ ਦੀ ਵੀਡੀਓ ਨਹੀਂ ਬਣਾ ਰਿਹਾ ਕਿ ਆਪਾਂ ਇੱਕ ਦੂਜੇ ਦੀ ਗਲਤੀਆਂ ਕੱਢੀਏ, ਇੱਕ ਦੂਜੇ ਨਾਲ ਲੜੀਏ। ਮੈਂ ਇਹ ਕਹਿ ਰਿਹਾ ਕਿ ਇਕੱਠੇ ਹੋ ਕੇ ਕੁਛ ਕੰਮ ਕਰੀਏ। ਜਦੋਂ ਇਹ ਪੇਸ਼ੈਂਟ ਤੜਪ ਰਿਹਾ ਸੀ, ਮੈਂ ਉਦੋਂ ਲਾਈਵ ਨਹੀਂ ਕੀਤਾ ਕਿ ਤੜਪ ਰਿਹਾ ਅਤੇ ਤੜਪਦਾ ਰਹੇ, ਮੈਂ ਲਾਈਵ ਕਰਨਾ। ਪਹਿਲਾਂ ਐਂਬੂਲੈਂਸ 'ਚ ਪਾ ਕੇ ਹੋਸਪਿਟਲ ਪਹੁੰਚਾਇਆ, ਹੁਣ ਉਹਦਾ ਓਪਰੇਟ ਹੋ ਰਿਹਾ। ਮੁੰਡਾ ਆਊਗਾ ਕਿ ਕੁੜੀ ਹੋਊਗਾ, ਅਗਲਾ ਖੁਸ਼ ਨਸੀਬ ਹੋਊਗਾ, ਮੈਂ ਦੁਨੀਆ 'ਚ ਆਇਆ। ਇਸ ਕਰਕੇ ਕੁਛ ਸੋਚੋ ਸੁਸਾਇਟੀ ਦਾ ਕੀ ਬਣੂਗਾ। ਬਾਕੀ ਥੈਂਕ ਯੂ ਫਿਰ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ, ਗੋਡ ਬਲੈਸ ਯੂ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਬਰਥਡੇ 'ਤੇ, ਅਤੇ ਉਹਨਾਂ ਦੇ ਚਲਾਏ ਹੋਏ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।